ਪੱਟੀ ਦੇ ਪਿੰਡ ਦੁਬਲੀ ਵਿਖੇ ਛੁੱਟੀ ਗਾਏ ਬੀਐਸਐਮ ਮੁਲਾਜ਼ਮ ਆਪਣੇ ਘਰ ਤੋਂ ਲਾਪਤਾ ਹੋ ਗਿਆ ਸੀ। ਅਦੇ ਉਸਤੇ ਪਰਿਵਾਰ ਮੈਂਬਰਾਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਸਦਰ ਪੱਟੀ ਵਿਖੇ ਦਰਜ ਕਰਵਾਈ ਸੀ। ਇਸ ਉਪਰੰਤ ਉਕਤ ਬੀਐਸਐਮ ਮੁਲਾਜ਼ਮ ਲਖਵੀਰ ਦੀ ਲਾਸ਼ ਕੁਝ ਦਿਨ ਬਾਅਦ ਪਿੰਡ ਸ਼ਹੀਦ ਦੇ ਸੂਏ ਤੋਂ ਮਿਲੀ ਸੀ। ਅਦੇ ਉਸਤੇ ਪਰਿਵਾਰ ਵਾਲੋਂ ਇਹ ਕਹਿ ਜਾ ਰਿਹਾ ਸੀ ਕਿ ਇੱਕ ਲਖਵੀਰ ਸਿੰਘ ਦਾ ਕਿਸੇ ਨਾਲ ਝਗੜਾ ਹੋ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਹੈ। ਪਰ ਅੱਜ ਇਸ ਕਤਲ ਦੇ ਮਾਮਲੇ ਦੀ ਗੁੱਤੀ ਸੁਲਝਾਉਂਦਿਆਂ ਥਾਣਾ ਸਦਰ ਪੱਟੀ ਦੇ ਮੁਖੀ ਐਸਐਚਓ शिवदश सिंह ਨੇ ਦੱਸਿਆ ਕਿ ਮ੍ਰਿਤਕ ਬੀਐਸਐਮ ਮੁਲਾਜ਼ਮ ਲਖਵੀਰ ਸਿੰਘ ਦਾ ਕਤਲ ਉਸਦੇ ਦੋਨੋਂ ਲੜਕਿਆਂ ਨੇ ਕੀਤਾ ਹੈ ਕਿਉਂਕਿ ਲਖਵੀਰ ਸਿੰਘ ਅਕਸਰ ਉਹਨਾਂ ਨੂੰ ਹਵਾਲਾ ਗਰਦੀ ਤੋਂ ਅਤੇ ਲੋਕਾਂ ਨਾਲ ਲੜਾਈ ਝਗੜੇ ਤੋਂ ਰੋਕਦਾ ਸੀ ਜਿਸ ਕਰਕੇ ਉਹਦੇ ਦੋ ਲੜਕਿਆਂ ਜਗਰੂਪ ਸਿੰਘ ਤੇ ਜਗਜੀਤ ਸਿੰਘ ਜੱਗੀ ਨੇ 315 ਬੋਰ ਦੇ ਪਿਸਤਲ ਦੇ ਨਾਲ ਆਪਣੇ ਪਿਤਾ ਲਖਵੀਰ ਸਿੰਘ ਦੀ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ ਅਤੇ লাশ ਨੂੰ ਖੁਦ ਬੋਤ ਕਰਨ ਲਈ ਉਸ ਦੀ ਲਾਸ਼ ਨੂੰ ਪਿੰਡ ਸ਼ਹੀਦ ਦੇ ਸੂਏ ਦੇ ਪੁੱਲ ਹੇਡਾ ਸੁੱਟ ਕੇ ਆ ਗਏ ਉਧਰ ਪੁਲਿਸ ਨੇ ਮਾਮਲੇ ਦੀ ਤਫਤੀਸ਼ ਕੀਤੀ ਤਾਂ ਸਾਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਜਾਗਰਤੀ ਲੈਲੀ ਪੱਟੀ ਤੋਂ ਹਰਮਨ ਵਾਂ ਦੀ ਰਿਪੋਰਟ